ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਬਾਈ ਜੀ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਸਭ ਤੋਂ ਪਹਿਲਾਂ ਦੋਸਤੋ, ਅੱਜ ਤਕੜਾ ਕਬੱਡੀ ਕੱਪ ਹੋਣਾ ਹੈ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਖੇ। ਇੱਥੇ ਅੱਜ ਆਲ ਓਪਨ ਦੀਆਂ ਸੱਦੀਆਂ ਹੋਈਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਇਹਨਾਂ ਕਲੱਬਾਂ ਦੇ ਲਈ ਪਹਿਲਾ ਇਨਾਮ 'ਤੇ 1,51,000, ਦੂਜਾ ਇਨਾਮ 1,01,000 ਅਤੇ ਬੈਸਟਾਂ ਨੂੰ ਇੱਥੇ 31,000 ਰੁਪਏ ਦਿੱਤਾ ਜਾਵੇਗਾ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 365 'ਤੇ। ਉਸ ਤੋਂ ਅਗਲਾ ਬਾਈ ਜੀ ਵਧੀਆ ਕਬੱਡੀ ਕੱਪ ਹੋਵੇਗਾ ਪਿੰਡ ਬੀਤ, ਅੱਡਾ ਝੂੰਗੀਆਂ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਲੁਧਿਆਣਾ ਵਿਖੇ। ਇੱਥੇ ਵੀ ਅੱਜ ਆਲ ਓਪਨ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਇਹਨਾਂ ਕਲੱਬਾਂ ਦੇ ਲਈ ਪਹਿਲਾ ਇਨਾਮ 'ਤੇ 1,00,000, ਦੂਜਾ ਇਨਾਮ 75,000 ਅਤੇ ਬੈਸਟਾਂ ਨੂੰ ਇੱਥੇ ਮੋਟਰਸਾਈਕਲ ਦਿੱਤੇ ਜਾਣਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਵੀ ਕਬੱਡੀ 365 'ਤੇ ਚੱਲੇਗਾ। ਉਸ ਤੋਂ ਅੱਗੇ ਬਾਈ ਜੀ, ਅੱਜ ਇੱਕ ਹੋਰ ਵਧੀਆ ਕਬੱਡੀ ਕੱਪ ਹੋਣਾ ਹੈ ਪਿੰਡ ਮੈਣ, ਜ਼ਿਲ੍ਹਾ ਪਟਿਆਲਾ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਹੋਣਗੇ, 3 ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 'ਤੇ 61,000, ਦੂਜਾ ਇਨਾਮ 41,000 ਅਤੇ ਬੈਸਟਾਂ ਨੂੰ ਇੱਥੇ LEDਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ 40 ਕਿਲੋ ਅਤੇ 50 ਕਿਲੋ ਦੇ ਮੈਚ ਵੀ ਹੋਣਗੇ, ਇੱਕ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ। 50 ਕਿਲੋ ਦੇ ਲਈ ਪਹਿਲਾ ਇਨਾਮ 'ਤੇ 3,000, ਦੂਜਾ ਇਨਾਮ 2,500, ਉੱਥੇ ਹੀ 40 ਕਿਲੋ ਦੇ ਲਈ ਪਹਿਲਾ ਇਨਾਮ 'ਤੇ 2,000 ਅਤੇ ਦੂਜਾ ਇਨਾਮ 'ਤੇ 1,500 ਰੁਪਇਆ ਰੱਖਿਆ ਗਿਆ ਹੈ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 1-2-3 'ਤੇ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਚਹਿਲਾਂ ਵਿਖੇ। ਇੱਥੇ ਅੱਜ 32 ਕਿਲੋ, 52 ਕਿਲੋ ਅਤੇ 60 ਕਿਲੋ ਦੇ ਮੈਚ ਕਰਵਾਏ ਜਾਣਗੇ। 60 ਕਿਲੋ ਦੇ ਲਈ ਪਹਿਲਾ ਇਨਾਮ 'ਤੇ 5,100, ਦੂਜਾ ਇਨਾਮ 4,100, 52 ਕਿਲੋ ਦੇ ਲਈ ਪਹਿਲਾ ਇਨਾਮ 'ਤੇ 4,100, ਦੂਜਾ ਇਨਾਮ 3,100, ਉੱਥੇ ਹੀ 32 ਕਿਲੋ ਦੇ ਲਈ ਪਹਿਲਾ ਇਨਾਮ 'ਤੇ 3,100 ਅਤੇ ਦੂਜਾ ਇਨਾਮ 'ਤੇ 2,100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਬਾਈ ਜੀ, ਅੱਜ ਇੱਕ ਵਧੀਆ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਜੋ ਕਿ ਪਿੰਡ ਜੋਧ ਸਿੰਘ ਵਾਲਾ, ਜ਼ਿਲ੍ਹਾ ਤਰਨ ਤਾਰਨ ਵਿਖੇ ਹੋਣਾ ਹੈ। ਇੱਥੇ ਅੱਜ ਦੁਬਾਬਾ ਕਬੱਡੀ ਕਲੱਬ ਅਤੇ ਮਾਲਵਾ ਕਬੱਡੀ ਕਲੱਬ ਦੇ ਵਿਚਕਾਰ ਸ਼ੋਅ ਮੈਚ ਖੇਡਿਆ ਜਾਵੇਗਾ। ਸ਼ੋਅ ਮੈਚ ਦਾ ਪਹਿਲਾ ਅਤੇ ਦੂਜਾ ਇਨਾਮ 2,00,000 ਰੁਪਇਆ ਰੱਖਿਆ ਗਿਆ ਹੈ। ਤਾਂ ਦੋਸਤੋ, ਇਸ ਮੈਚ ਦਾ ਲੈਬ ਚੱਲੇਗਾ ਪੰਜਾਬ ਲੈਵਲ 'ਤੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਈ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।